ਰਾਜੂ ਰਾਜੂ ਮੇਰੀ ਗੱਲ ਸੁਣ ਤੁਸੀਂ ਬਲਾਕ ਕਰੋ ਹਾਂ ਫਿਰ ਜੱਟ ਵਾਲੀ ਗੱਲ ਸਰਕੀ ਕਰੋ ਯਾਦੀ ਕਰੋ ਗੁਰਦਾਸਪੁਰ ਦੇ ਸ਼ਮਸ਼ਾਨ ਘਾਟ ਦੀ ਸੇਵਾ ਕਰ ਰਹੇ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਅਤੇ ਸ਼ਮਸ਼ਾਨ ਘਾਟ ਵਿੱਚ ਰਹਿ ਰਹੇ ਸਾਧੂ ਨਾਥਾਂ ਵਿਚਕਾਰ ਚੱਲ ਰਹੇ ਆਪਸੀ ਕਲੇਸ਼ ਦੇ ਚਲਦੇ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨ ਘਾਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਕਰੋਨਾ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਸ਼ਮਸ਼ਾਨ ਘਾਟ ਦੇ ਗੇਟ ਦੇ ਬਾਹਰ ਸਾਧੂ ਨਾਥ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਘੰਟਾ ਲਾਸ਼ ਗੇਟ ਦੇ ਬਾਹਰ ਹੀ ਪਈ ਰਹੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਕੁਝ ਸਾਧੂ ਰਹਿ ਰਹੇ ਹਨ ਜੋ ਕਿ ਸ਼ਮਸ਼ਾਨ ਘਾਟ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਅੱਜ ਨਾਥ ਸਾਧੂਆਂ ਨੇ ਸ਼ਮਸ਼ਾਨ ਘਾਟ ਵਿੱਚ ਚੱਲ ਰਹੇ ਕੰਮ ਨੂੰ ਰੋਕ ਦਿੱਤਾ, ਜਿਸ ਦੇ ਰੋਸ ਵਜੋਂ ਟਰੱਸਟ ਦੇ ਮੈਂਬਰਾਂ ਨੇ ਸ਼ਮਸ਼ਾਨ ਘਾਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਕਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਇਹਨਾਂ ਨਾਥਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਕਿਸੇ ਵੀ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਸ਼ਮਸ਼ਾਨ ਘਾਟ ਵਿੱਚ ਕਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਪਹੁੰਚੇ ਸਨ, ਪਰ ਸ਼ਮਸ਼ਾਨ ਘਾਟ ਵਿੱਚ ਟਰੱਸਟ ਅਤੇ ਸਾਧੂਆਂ ਵਿੱਚ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਟਰੱਸਟ ਦੇ ਮੈਂਬਰਾਂ ਨੇ ਸ਼ਮਸ਼ਾਨ ਘਾਟ ਨੂੰ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਉਹਨਾਂ ਨੇ ਮ੍ਰਿਤਕ ਦੇ ਇੱਕ ਘੰਟਾ ਬਾਹਰ ਪਈ ਰਹੀ, ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋਈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਲਾਸ਼ ਦੀ ਬੇਅਦਬੀ ਨਾ ਕੀਤੀ ਜਾਵੇ, ਜੇਕਰ ਕੋਈ ਮਾਮਲਾ ਹੈ ਪ੍ਰਸ਼ਾਸਨ ਨੂੰ ਕਹਿ ਕੇ ਨਿਬੇੜਿਆ ਜਾਵੇ, ਇਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇ। ਇਸ ਸੰਬੰਧੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰੋਕਿਆ ਗਿਆ ਹੈ ਕਿਉਂਕਿ ਸ਼ਮਸ਼ਾਨ ਘਾਟ ਵਿੱਚ ਟਰੱਸਟ ਅਤੇ ਸਾਧੂਆਂ ਵਿੱਚ ਵਿਵਾਦ ਚੱਲ ਰਿਹਾ ਸੀ। ਇਸ ਲਈ ਦੋਵਾਂ ਧਿਰਾਂ ਨੂੰ ਕਿਹਾ ਗਿਆ ਕਿ ਉਹ ਥਾਣਾ ਆ ਕੇ ਮਾਮਲਾ ਦੱਸਣ ਅਤੇ ਮ੍ਰਿਤਕ ਦੇਹ ਦਾ ਸੰਸਕਾਰ ਹੋਣ ਦੇਣ। ਇਸ ਲਈ ਉਹਨਾਂ ਨੂੰ ਸਮਝਾ ਕੇ ਅੰਤਿਮ ਸੰਸਕਾਰ ਕਰਵਾਇਆ ਗਿਆ। ਸਾਡੀ ਕੋਈ ਸਮੱਸਿਆ ਨਹੀਂ ਹੈ ਜੀ, ਇਸ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਇਹ ਮਾਨਵ ਕਰਮ ਮਿਸ਼ਨ ਜਿਹੜਾ 92 ਤੋਂ ਲੱਗਾਦਾ, ਭਗਤ ਚਰੰਜੀ ਲਾਲ ਜੀ ਸੇਵਾ ਕਰਦੇ ਸੀ, ਉਸ ਤੋਂ ਬਾਅਦ ਭੰਡਾਰੀ ਸੀ, ਸੁਭਾਸ਼ ਮਹਾਜ ਸੀ, ਅੱਜ ਜਿਹੜਾ ਰਾਜੂ ਕਰ ਰਿਹਾ। ਇਸ ਸੇਵਾ ਦੀ ਆੜ 'ਚ ਅਸੀਂ ਵੇਖਿਆ ਕਿ ਕੁਛ ਲੋਕਾਂ ਨੇ ਵੇਖਿਆ ਕਿ ਇਹਦੀ ਪ੍ਰਾਪਰਟੀ ਹੈ, ਬਾਹਰ ਦੁਕਾਨਾਂ ਹੈ, ਸ਼ਾਪਸ ਹੈ, ਉਹਨਾਂ ਦੀ ਇਹਨਾਂ ਦੀ ਮਾੜੀ ਦ੍ਰਿਸ਼ਟੀ ਪੈ ਗਈ। ਭੂ ਮਾਫੀਆ ਲੋਕਾਂ ਨੇ ਬਾਬਿਆਂ ਨੂੰ ਅੱਗੇ ਕਰਕੇ ਜਿਹੜੇ ਸਤਿਕਾਰਯੋਗ ਪੂਜਨਯੋਗ ਨੇ ਉਹਨਾਂ ਨੂੰ ਮਿਸਯੂਜ਼ ਕੀਤਾ। ਅੱਜ ਹਾਲਾਤ ਇਹ ਪੈਦਾ ਹੋ ਗਏ ਨੇ ਕਿ 3 ਵਾਰੀ ਸਾਡੇ ਬੰਦਿਆਂ ਨੂੰ ਕੁੱਟਿਆ ਗਿਆ, ਰਾਤ ਨੂੰ ਸ਼ਰਾਬਾਂ ਪੀ ਕੇ ਸ਼ਰਾਬ ਚਿਤਾ ਦੇ ਉੱਪਰ ਰੋੜੀਆਂ ਗਈਆਂ। ਪਰਸੋਂ ਜਿਹੜਾ ਸੀ ਰਾਤ 10:30 ਵਜੇ ਇੱਕ ਬੰਦਾ ਆਇਆ, ਰਾਜੂ ਨੂੰ ਫੋਨ ਗਿਆ, ਪ੍ਰਧਾਨ ਜੀ ਬਜ਼ੁਰਗ ਨੇ ਮੈਨੂੰ ਫੋਨ ਆਇਆ, ਰਾਜੂ ਨੇ ਗਏ ਇੱਥੇ ਇਕੱਠੇ ਹੋਏ, ਉਹਦੇ ਬੰਦੇ ਨੂੰ ਅਸੀਂ ਕਹਿੰਦੇ ਪਹਿਲਾਂ ਸਾਡੀ ਸੇਵਾ ਦਾ ਨੂੰ ਕੁੱਟਿਆ, ਫਿਰ ਅਸੀਂ ਉਹਨੂੰ ਚਪੇੜਾ ਮਾਰ ਕੇ ਅਤੇ ਕੱਢਿਆ ਤੋਂ। ਇਹ ਜਗ੍ਹਾ ਅਸੀਂ ਦਿੱਤੀ ਸੀ ਥੋੜ੍ਹੀ ਜਿਹੀ ਜਗ੍ਹਾ ਗਊਸ਼ਾਲਾ ਨੂੰ, ਇਹਨਾਂ ਬੰਦਿਆਂ ਨੇ ਗਊਸ਼ਾਲਾ ਦੇ ਬੰਦਿਆਂ ਦੇ ਐਲੀਗੇਸ਼ਨ ਲਾ ਕੇ ਦੜਾਇਆ। 5 ਕਿਲੋ ਦੁੱਧ ਜਾਂਦਾ ਸੀ ਬਿਰਧ ਆਸ਼ਰਮ, ਉਹ ਬੰਦ ਕੀਤਾ, ਅੱਜ ਗਊਸ਼ਾਲਾ ਡਾਉਣਾ ਨਹੀਂ ਸ਼ੁਰੂ ਹੋ ਗਈ। ਮਾਨਨੀਏ ਸਾਡੇ MLA ਸਾਹਿਬ ਨੇ ਅਤੇ ਰੰਜੂ ਨੇ ਫੈਸਲਾ ਕਰਾਤਾ ਕਿ ਜੋ ਹੈਗਾ ਇੱਥੇ ਹੈਂਡਓਵਰ ਕਰ ਦਿਓ, ਗਊਸ਼ਾਲਾ ਨੇ ਹੈਂਡਓਵਰ ਕਰਤੀ, ਸਾਰੀਆਂ ਗੋਲਕਾਂ ਦੀਆਂ ਚਾਬੀਆਂ ਦੇ ਦਿੱਤੀਆਂ। ਅੱਜ ਇਹ ਹਾਲਾਤ ਹੋ ਗਏ ਕਿ ਪ੍ਰਸ਼ਾਸਨ ਗੌਰਮੈਂਟ ਨੇ ਕੰਮ ਲਾਇਆ, ਪਾੜਾ ਸਾਹਿਬ ਨੇ ਬੜੀ ਅੱਛੀ ਸਾਨੂੰ ਗ੍ਰਾਂਟ ਦਿੱਤੀ ਵੀ ਬਹੁਤ ਵਧੀਆ ਕੰਮ ਹੋ ਰਿਹਾ, ਗ੍ਰਾਂਟ ਦਿੱਤੀ, ਉਹ ਕੰਮ ਲੱਗਾ ਸੀ, ਇਹਨਾਂ ਬੰਦਿਆਂ ਨੇ ਆ ਕੇ ਲੇਬਰ ਨੂੰ ਦੜਾ ਦਿੱਤਾ। ਕਿੰਨਾ ਬੰਦਿਆਂ ਨੇ? ਇਹ ਬਾਬੇ ਹੋਣਾ ਨੇ, ਬਾਬੇ ਲੇਬਰ ਦੜਾਤੀ ਹੈ, ਲੇਬਰ ਨੇ ਫੋਨ ਕੀਤਾ ਰਾਜੂ ਨੂੰ, ਰਾਜੂ ਹੈ, ਰਾਜੂ ਦੇ ਗੱਲ ਪੈ ਗਏ ਨੇ। ਇਹ ਅਸੀਂ ਕਿਉਂ ਕੀਤਾ? ਸਾਡੀ ਮਜਬੂਰੀ ਸੀ, ਸਾਨੂੰ ਜ਼ਰੂਰੀ ਸੀ ਵੀ ਇਹ ਸ਼ਹਿਰ ਵਾਸੀਆਂ ਨੂੰ ਪਤਾ ਲੱਗੇ ਕਿ ਇੱਕ ਟੀਮ ਜਿਹੜੀ ਹੈ ਇਹ ਪੂਰਾ ਸੰਸਕਾਰ ਕਰ ਰਹੀ ਹੈ। ਗੁਰਦਾਸਪੁਰ ਦੇ ਵਿੱਚ ਅਗਰ ਅਸੀਂ ਬਾਂਹ ਖੜੀ ਕਰਕੇ ਗਏ ਤਾਂ ਜਿੰਨੇ 2 ਬੰਦੇ ਹੈਲਥ ਵਰਕਰ ਆਉਂਦੇ ਨੇ, ਸਾਨੂੰ PPE ਕਿੱਟਾਂ ਨਹੀਂ ਮਿਲੀਆਂ, ਸਾਡੇ ਟਰੱਸਟ ਨੇ ਵਾਈਡ ਕਰਾਈਆਂ, ਦੇਸੀ ਘਿਓ ਦਾ ਪੀਪਾ ਰੱਖਿਆ ਦਾ ਸੰਸਕਾਰ, ਔਰ ਇਹਨਾਂ ਨੂੰ ਕਹਿਤਾ ਸੀ ਕਿ ਸਾਡਾ ਇਹ ਰੋਸ 'ਚ ਤੁਹਾਡਾ ਸੰਸਕਾਰ ਵੀ ਹੋਏਗਾ, ਅਗਰ ਅਨਮੈਰਿਡ ਹੈ ਤਾਂ ਅਸੀਂ ਰਾਤ ਪਹਿਰਾ ਵੀ ਦੇਵਾਂਗੇ। ਅੱਜ ਪੁਜੀਸ਼ਨ ਆ ਗਈ, ਸਾਡਾ ਹਰ ਜਿਹੜਾ ਸੀ ਸਾਮ ਦਾਮ ਦੰਡ ਦਾ ਵਰਤਿਆ ਹੋਇਆ ਫਾਰਮੂਲਾ ਬੇਕਾਬ ਹੋ, ਮਤਲਬ ਅਨਰਥ ਹੋ ਗਿਆ, ਔਰ ਸਾਨੂੰ ਮਜਬੂਰ ਹੋ ਕੇ ਇਹ ਕਹਿਣਾ ਪਿਆ ਕਿ ਸਾਡੇ ਕੰਮ ਤੋਂ ਬੇਬਸ ਹੈ, ਅਸੀਂ ਸੰਸਕਾਰ ਉਦਣ ਹੀ ਹੋਏਗਾ। ਔਰ ਮੈਂ ਸਪਸ਼ਟ ਕਰਦੇ ਹਾਂ ਇਹ ਅਸੀਂ ਕੱਲ੍ਹ ਤੋਂ ਸ਼ਮਸ਼ਾਨ ਘਾਟ ਨੂੰ ਲਾਕ ਕਰ ਰਹੇ ਹਾਂ, ਜਦ ਤੱਕ
ਸਾਡਾ ਫੈਸਲਾ ਨਹੀਂ ਹੁੰਦਾ ਤਦ ਤੱਕ ਸੰਸਕਾਰ ਕੋਈ ਨਹੀਂ ਹੋਏਗਾ। ਕੋਈ ਕਸੂਰ ਨਹੀਂ ਜੀ, ਪੁੱਛੋ ਘਰ ਵਾਲਿਆਂ ਨੂੰ, ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਸੰਸਕਾਰ ਕਰਾਂਗੇ, ਸਾਨੂੰ ਪਹਿਲਾਂ ਕਹਿਤਾ ਔਰ ਅੰਦਰ ਚਿਦਾ ਸ਼ੁਰੂ ਕਰਤੀ ਸੀ। ਬਿਲਕੁਲ ਨਹੀਂ ਜੀ, 40 ਮਿੰਟ ਹੋਏ ਨੇ ਜੀ ਜਿਹੜੇ ਪਰਿਵਾਰ ਨਾਲ ਆਏ ਨੇ, ਪਰਿਵਾਰ ਨਾਲ ਲੈ ਕੇ ਆਏ, ਉਹ ਕਹਿੰਦੇ ਵੀ ਅਸੀਂ ਤਾਂ ਮੈਂਟਲੀ ਹਰਾਸਮੈਂਟ ਪਹਿਲਾਂ ਹੀ ਹੋ ਚੁੱਕਿਆ ਕਿਉਂਕਿ ਇਹ ਬੜੀ ਭਿਆਨਕ ਬਿਮਾਰੀ ਆ, ਪਰਿਵਾਰ ਚਲੇ ਗਿਆ ਉਹਨਾਂ ਦਾ, ਹਨਾ। ਉਹ ਕਹਿੰਦੇ ਹਾਂ ਫਿਰ 40 ਮਿੰਟ ਦੀ ਆਪ ਨੂੰ ਕਹਿ ਰਹੇ ਵੀ 40 ਮਿੰਟ ਹੋਏ ਪਰੇਸ਼ਾਨ ਹੁੰਦਾ। ਅਸੀਂ ਪਹਿਲਾਂ ਮੰਗਿਆ ਸੀ ਕਿ ਸਾਡੀ ਮਜਬੂਰੀ ਆ ਜੀ, ਤੁਸੀਂ ਇਹ ਇੱਥੇ ਟਾਰਚਰ ਹੋ ਗਏ ਨੇ। ਜਿਸਲੇ ਕੋਈ ਐਜੂਕੇਸ਼ਨ ਹੁੰਦੀ ਆ ਪੇਸ਼ੈਂਟ ਨੂੰ, ਅੱਜ CRP ਦੀ ਗੱਡੀ ਨੂੰ ਰੋਕਤਾ ਪੇਸ਼ੈਂਟ ਪਾਇਆ ਦਾ, ਇਹ ਤਾਂ ਡੈਡ ਬੋਡੀ ਕਰਨ ਨੂੰ ਕਿਹਾ, ਹੁਣ ਹਾਲ ਹੈਗਾ। ਅਸੀਂ ਸੰਸਕਾਰ ਕਰਾਵਾਂਗੇ, ਅਦਬ ਨਾਲ ਕਰਾਵਾਂਗੇ, ਸਾਡੇ ਪ੍ਰਧਾਨ ਜੀ ਕੋਲ, ਬਾਕੀ ਦੀ ਪੁੱਛੋ ਰਾਜੀ ਹੋਣਾ ਪੁੱਛੋ, ਸੰਸਕਾਰ ਅਸੀਂ ਕਰਾਵਾਂਗੇ, ਪੂਰਾ ਟਾਈਮ ਦੇਵਾਂਗੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਕੱਲ੍ਹ ਤੋਂ ਅਸੀਂ ਸੰਸਕਾਰ ਜਿਹੜੇ ਬੰਦ ਕਰ ਦਿਆਂਗੇ ਜੇ ਸਾਡੀ ਸੁਣਵਾਈ ਨਹੀਂ ਹੋਣੀ। ਧੰਨਵਾਦ। ਰੁਲੀਆ ਰਾਮ ਕਲੋਨੀ ਆ ਜੀ ਗੁਰਦਾਸਪੁਰ ਦੇ, ਇਹ ਗੁੜੀਆ ਸਾਡੀ ਸਿਸਟਰ ਮੇਰੀ, ਇਹਨਾਂ ਦੀ ਮੌਤ ਹੋਈ ਆ। ਇਹ ਕਰੋਨਾ ਕੋਵਿਡ ਵੀ ਆ ਗਿਆ ਸੀ ਵਿੱਚ, ਹੋਰ ਵੀ ਡਿਸੀਜ਼ ਸੀ ਇਹਨਾਂ ਨੂੰ, ਅੱਜ ਇੱਥੇ ਸੰਸਕਾਰ ਕਰਨ ਆਏ ਆ। ਅੱਜ ਹੁਣ ਪਤਾ ਨਹੀਂ ਸ਼ਮਸ਼ਾਨ ਘਾਟ ਵਾਲਿਆਂ ਦੀ ਪ੍ਰੋਬਲਮ ਹੈ ਜਾਂ ਇਹਨਾਂ ਦੀ ਪੁਲਿਸ ਵਾਲਿਆਂ ਨਾਲ ਕੋਈ ਪ੍ਰੋਬਲਮ ਹੈ ਜਾਂ ਕੋਈ ਆਪਸੀ ਗੱਲ ਆ, ਵੀ ਅਸੀਂ ਸਾਨੂੰ ਖੱਜਲ ਹੁੰਦਿਆਂ ਨੂੰ ਘੰਟਾ ਡੇਢ ਘੰਟਾ ਹੋ ਚੁੱਕਿਆ, ਅਤੇ ਸਾਡੇ ਸਾਰਿਆਂ ਦਾ ਮੈਂਟਲੀ ਲੈਵਲ ਇੰਨਾ। ਅਸੀਂ ਕੱਲ੍ਹ ਵੀ ਇੱਕ ਸੰਸਕਾਰ ਕਰਕੇ ਗਏ ਹਾਂ, ਅੱਜ ਵੀ ਆਏ ਹਾਂ, ਉਹ ਮਦਰ ਇਹਦੇ ਅੰਦਰ ਬੈਠੇ ਆ, 70-75 ਸਾਲ ਦੇ ਉਹ ਆ। ਹੁਣ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਗਾ, ਅਸੀਂ ਤਾਂ ਸੰਸਕਾਰ ਕਰਨਾ। ਸ਼ਮਸ਼ਾਨ ਘਾਟ ਵਾਲਿਆਂ ਨੇ ਗੇਟ ਬੰਦ ਕੀਤਾ, ਸਾਨੂੰ ਪ੍ਰੋਬਲਮ ਹੈ ਕੋਈ ਆਉਣਾ ਜਾਂ ਪੁਲਿਸ ਵਾਲਿਆਂ ਦੀ ਪ੍ਰੋਬਲਮ ਹੈ ਇਹ 'ਚ ਅਸੀਂ ਕੀ ਕਹਿ ਸਕਦੇ ਹਾਂ। ਦੇਖੋ ਜੀ, ਸਾਡੇ ਲਈ ਤਾਂ ਲਾਸ਼ ਦੀ ਵੇਦ ਵੀ ਹੋ ਰਹੀ ਆ, ਪਰ ਅਸੀਂ ਹੁਣ ਇਹਨਾਂ ਨੂੰ ਵੀ ਕੀ ਕਹਿ ਸਕਦੇ ਹਾਂ। ਦੇਖੋ ਇਹਨਾਂ ਨੂੰ ਕਿੰਨੀ ਕੁ ਤਕਲੀਫ ਆ ਜਾਂ ਕੀ ਪ੍ਰੋਬਲਮ ਹੈ ਵੀ ਜਿਹੜਾ ਇਹਨਾਂ ਨੇ ਬੋਡੀ ਨਹੀਂ ਅੰਦਰ ਵੜਨ ਦਿੱਤੀ, ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਇਹਨਾਂ ਨੇ, ਅਤੇ ਇਹਨਾਂ ਨੇ ਗੇਟ ਬੰਦ ਕੀਤੇ ਆ ਜੀ। ਹੁਣ ਅੱਗੋਂ ਹੁਣ ਕੀ ਕਹਿ ਸਕਦੇ ਅਸੀਂ ਹੁਣ, ਨਹੀਂ ਜੀ ਇਸ ਕੁੜੀ ਦਾ ਕੀ ਦੋਸ਼ ਆ, ਕੋਈ ਦੋਸ਼ ਨਹੀਂ ਇਹਦਾ, ਉਹ ਤਾਂ ਤੁਸੀਂ ਜਾਂ ਇਹਨਾਂ ਨੂੰ ਪੁੱਛ ਸਕਦੇ ਹੋ ਜਾਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਹੋ ਜੀ। ਰਾਜਨੀਤੀ ਕੋਈ ਨਹੀਂ ਹੋਣੀ ਚਾਹੀਦੀ, ਇਹ ਸਾਡਾ ਸੰਸਕਾਰ ਕਰਾਇਆ ਜਾਵੇ ਅਤੇ ਹੋਰ ਵੀ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਇੱਦਾਂ ਦੇ ਲੋਕਾਂ 'ਤੇ ਕੋਈ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਜੀ। ਕਾਰਵਾਈ ਇਹੋ ਹੀ ਆ ਵੀ ਇਹਨਾਂ ਨੂੰ ਰਾਜ਼ੀ ਰੱਖਿਆ ਜਾਵੇ ਬਸ, ਵੀ ਇਸ ਤਰ੍ਹਾਂ ਦਾ ਕਦਮ ਨਾ ਚੁੱਕਣ। ਇਹ ਜੀ ਮੈਨੂੰ ਪਤਾ ਲੱਗਿਆ ਵੀ ਕੋਈ ਕਰੋਨਾ ਪੇਸ਼ੈਂਟ ਆ ਅਤੇ ਉਹਦੀ ਡੈਥ ਹੋਈ ਆ, ਅਤੇ ਉਹਦਾ ਸੰਸਕਾਰ ਜਿਹੜਾ ਗੁਰਦਾਸਪੁਰ ਤੋਂ ਬਟਾਲਾ ਰੋਡ ਨੂੰ ਜਾਂਦਾ, ਉੱਥੇ ਮੜੀਆਂ ਦੇ ਵਿੱਚ ਹੋਣਾ ਸੀ, ਅਤੇ ਉਹ ਜਿਹੜੀ ਮਾਨਵ ਸੇਵਾ ਸਮਿਤੀ ਵਾਲੇ ਆ ਉਹਨਾਂ ਨੇ ਉਹਦਾ ਲਾਸ਼ ਦਾ ਸੰਸਕਾਰ ਕਰਨ ਤੋਂ ਰੋਕਿਆ ਸੀ, ਮੈਂ ਮੌਕੇ 'ਤੇ ਪੁੱਜਾ। ਉਹਨਾਂ ਦਾ ਪੱਖ ਜਾਣਿਆ ਉਹਨਾਂ ਨੇ ਕਿਹਾ ਜੀ ਜਿਹੜੀ ਸਾਡੀ ਇੱਥੇ ਆਪਣੀ ਸ਼ਮਸ਼ਾਨ ਘਾਟ ਦੀ ਜਗ੍ਹਾ ਵਾ, ਇਹਦੇ ਨਾਲ ਧਰਤੀ ਨਾਥ ਮੰਦਰ ਆ, ਉਹ ਸਾਡੀ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਮੰਦਰ ਦੇ ਨਾਲ ਮਤਲਬ ਥੋੜ੍ਹਾ ਥੋੜ੍ਹਾ ਕਬਜ਼ਾ ਕਰਨ ਡੇ ਆ। ਮੈਂ ਫਿਰ ਦੋਵਾਂ ਨੂੰ ਉੱਧਰ ਜਿਹੜੇ ਨਾਥ ਨੇ ਉਹਨਾਂ ਨਾਲ ਵੀ ਗੱਲ ਕੀਤੀ, ਅਤੇ ਇਹਨਾਂ ਨੂੰ ਵੀ ਸਮਝਾਇਆ ਵੀ ਚਲੋ ਹੁਣ ਜਿਹੜਾ ਕਰੋਨਾ ਪੇਸ਼ੈਂਟ ਆ ਇਹਦੀ ਜਿਹੜਾ ਸੰਸਕਾਰ ਜ਼ਰੂਰੀ ਆ, ਜੇ ਕੋਈ ਤੁਹਾਨੂੰ ਕੋਈ ਮਤਲਬ ਤੁਹਾਡਾ ਕੋਈ ਇਸ਼ੂ ਆ ਉਹਦੇ ਸੰਬੰਧੀ ਮੈਨੂੰ ਲਿਖ ਕੇ ਦੇ ਦਿਓ ਜਾਂ ਮਾਨਯੋਗ SDM ਸਾਹਿਬ ਨੂੰ ਲਿਖ ਕੇ ਦੇ ਦਿਓ, ਉਹ ਫਿਰ ਮੰਨ ਗਏ ਅਤੇ ਉਹਦੇ ਹਿਸਾਬ ਨਾਲ ਜਿਹੜਾ ਲਾਸ਼ ਦਾ ਸੰਸਕਾਰ ਕਰਾ ਦਿੱਤਾ।